ਸਤਿ ਸ਼੍ਰੀ ਅਕਾਲ ਜੀ। ਜਿਵੇਂ ਤੁਸੀਂ ਸਾਰੇ ਦੇਖੇ ਹੋਣੇ, ਸ਼ਨੀਵਾਰ ਨੂੰ ਅਗਸਟ 11th ਇੱਕ ਮਰਡਰ ਕੇਸ ਰਿਪੋਰਟ ਹੋਇਆ ਸੀਗਾ ਸਮਰਾਲਾ ਪੁਲਿਸ ਸਟੇਸ਼ਨ ਦੇ ਲਿਮਿਟ ਦੇ ਵਿੱਚ, ਲੁਧਿਆਣਾ ਔਰ ਚੰਡੀਗੜ੍ਹ ਜੋ ਹਾਈਵੇ ਹੈਗੇ। ਉਹਦੇ ਵਿੱਚ ਇੱਕ ਵਿਕਟਿਮ ਰਵੀ ਕੁਮਾਰ ਇੱਕ ਟੈਕਸੀ ਡਰਾਈਵਰ ਸੀਗਾ, ਉਹਨਾਂ ਦੀ ਉੱਥੇ ਬੋਡੀ ਮਿਲੀ ਸੀ। ਤੋ ਉਹਦੇ ਇਨਵੈਸਟੀਗੇਸ਼ਨ ਕਰਦੇ ਹੋਏ, ਉਸ ਕੇਸ ਦੇ ਵਿੱਚ ਇਨਵੈਸਟੀਗੇਸ਼ਨ ਕਰਦੇ ਹੋਏ, ਉਹਦੇ ਵਿੱਚ ਜੋ ਮੇਨ ਮੁਜਰਮ ਸੀਗਾ, ਜੋ ਅਕਿਊਜ਼ਡ ਹੈ, ਸਤਪਾਲ ਨਾਮ ਦਾ ਇੱਕ ਵਿਅਕਤੀ ਦਾ ਗ੍ਰਿਫਤਾਰੀ ਹੋਈ ਹੈਗੀ ਹੈ। ਔਰ ਇਸ ਕ੍ਰਾਈਮ ਨੂੰ ਕਮਿਟ ਕਰਨ ਲਈ ਜੋ ਇਹਨਾਂ ਨੇ ਵੈਪਨ ਯੂਜ਼ ਕੀਤਾ ਸੀਗਾ, ਉਹ ਵੈਪਨ ਦਾ ਵੀ ਜੋ ਅੱਜ ਦਾ ਰਿਕਵਰੀ ਹੋਈ ਹੈ। ਤੋ ਫਿਰ ਤੁਹਾਡੇ ਮਾਧਿਅਮ ਰਾਹੀਂ ਅਸੀਂ ਇਹ ਇਨਫੋਰਮ ਕਰਨਾ ਚਾਹੁੰਦੇ ਸੀਗੇ ਕਿ ਜੋ ਮਰਡਰ ਹੋਇਆ ਸੀਗਾ ਹਾਈਵੇ ਦੇ ਉੱਤੇ, ਤੋ ਉਹਨਾਂ ਨੂੰ ਖੰਨਾ ਪੁਲਿਸ ਨੇ, ਉਹਨਾਂ ਦੀ ਟੀਮ ਵੱਖ ਵੱਖ ਡਿਫਰੈਂਟ ਆਪਣੀ ਪੁਲਿਸ ਡਿਸਟ੍ਰਿਕਟਸ ਦੇ ਨਾਲ ਮਿਲ ਕੇ 24 ਘੰਟੇ ਦੇ ਅੰਦਰ ਟਰੇਸ ਕੀਤਾ ਔਰ 32 ਘੰਟੇ ਦੇ ਅੰਦਰ ਅੰਦਰ ਉਹਨਾਂ ਦੀ ਮੁਜਰਿਮ ਦਾ ਅਰੈਸਟ ਵੀ ਕੀਤੀ ਹੈਗੀ ਆ। ਇਹਦੇ ਵਿੱਚ ਮੈਂ ਸਪੈਸ਼ਲ ਮੈਂਸ਼ਨ ਕਰਨਾ ਚਾਹਾਂਗੀ ਕਿ ਆਪਣੀ CP ਲੁਧਿਆਣਾ ਸ਼੍ਰੀ ਕੁਲਦੀਪ ਚਹਿਲ ਜੀ, ਨਾਲ SSP ਚੰਡੀਗੜ੍ਹ ਕਮਰਦੀਪ ਕੌਰ ਜੀ, ਔਰ ਮੁਜ਼ੱਫਰਨਗਰ ਪੁਲਿਸ UP ਦਾ, ਉਹਨਾਂ ਦੇ ਮਦਦ ਨਾਲ, ਉਹਨਾਂ ਦੀ ਇੱਕ ਜੁਆਇੰਟ ਆਪਰੇਸ਼ਨ ਦੇ ਨਾਲ ਇਹ ਵਾਲਾ ਜੋ ਸੈਂਸੇਸ਼ਨਲ ਕ੍ਰਾਈਮ ਸੀਗਾ, ਉਹਨਾਂ ਨੂੰ ਅਸੀਂ ਰਿਕਾਰਡ ਟਾਈਮ ਦੇ ਵਿੱਚ ਜੋ ਹੱਲ ਕਰਨ ਪਾਏ ਜੀ। ਮੈਮ, ਮੋਟਿਵ ਕੀ ਰਿਹਾ ਇਸਦੇ ਪਿੱਛੇ, ਮਰਡਰ ਦੇ ਪਿੱਛੇ? ਜੀ, ਇਹਦੇ ਵਿੱਚ ਜੋ ਪ੍ਰਿਲਿਮਨਰੀ ਹਾਲੇ ਤੱਕ ਦੀ ਜੋ ਸਾਡੀ ਪੁੱਛਗਿੱਛ ਹੋਈ ਹੈਗੀ ਹੈ, ਉਹਦੇ ਵਿੱਚ ਇਹਦਾ ਨਿੱਜੀ ਰੰਜਿਸ਼ ਜੋ ਹੈਗਾ ਉਹ ਸਾਹਮਣੇ ਆਈ ਹੈ। ਦੋਵੇਂ ਜੋ ਵਿਕਟਿਮ ਰਵੀ ਕੁਮਾਰ ਔਰ ਜੋ ਮੁਜਰਿਮ ਸਤਪਾਲ, ਇਹ ਦੋਵੇਂ ਰਾਮ ਦਰਬਾਰ ਏਰੀਆ ਦੇ ਰਹਿਣ ਵਾਲੇ ਹੈਗੇ ਆ, ਔਰ ਜੋ ਰਵੀ ਕੁਮਾਰ ਦੀ ਵਾਈਫ ਪਿੰਕੀ ਜੋ ਹੈਗੀ ਆ, ਉਹ ਉਹਨਾਂ ਦੀ ਫੈਮਿਲੀ ਜੋ ਹੈ ਉਹ ਸਤਪਾਲ ਨੂੰ ਜਾਣਦੀ ਸੀਗੀ ਪਹਿਲੇ ਵੀ, ਉਹ ਆਪਸ 'ਚ ਇੱਕ ਸਾਰੇ ਸਾਰੇ ਇੱਕ ਦੂਜੇ ਨੂੰ ਜਾਣਦੇ ਸੀਗੇ। ਲੇਕਿਨ ਐਗਜੈਕਟ ਕਾਰਨ ਕੀ ਹੈਗੇ, ਕਿਉਂ ਇਹਨਾਂ ਦੇ ਆਪਸ 'ਚ ਇਸ ਤਰੀਕੇ ਦੇ ਨਾਲ ਗੁੱਸਾ ਸੀਗਾ, ਉਹ ਹਲੇ ਅੱਗੇ ਦੀ ਆਪਣੀ ਪੁੱਛਗਿੱਛ ਦੇ ਆਉਣ ਵਾਲੀ ਹੈਗੀ ਆ। ਲੇਕਿਨ ਇਹਦੇ ਵਿੱਚ ਮੈਂ ਇੱਕ ਗੱਲ ਬਹੁਤ ਕਲੀਅਰ ਕਰਨਾ ਚਾਹਾਂਗੀ, ਇਹਦੇ ਵਿੱਚ ਕੋਈ ਲੁੱਟ ਦਾ ਗੱਲ ਨਹੀਂ ਸੀਗਾ। ਇੰਨੇ ਆਪ ਬੁੱਕ ਕਰਕੇ ਲੁਧਿਆਣੇ ਤੱਕ ਆਏ ਸੀਗੇ ਰਾਤੀ, ਔਰ ਲੁਧਿਆਣੇ ਤੋਂ ਜਦੋਂ ਵਾਪਸ ਜਾ ਰਹੇ ਸੀਗੇ ਉੱਥੇ ਇਹਨਾਂ ਦੀ ਆਪਸ 'ਚ ਝਗੜਾ ਹੋ ਗਿਆ, ਔਰ ਇੰਨੇ ਟੈਕਸੀ ਰੋਕੀ ਸੀਗੀ ਜੋ ਸਮਰਾਲੇ ਰੋਡ ਦੇ ਵਿੱਚ, ਆਪਣੇ ਮਤਲਬ ਰਿਲੀਵ ਕਰਨ ਨੂੰ ਆਪਣੇ ਆਪ ਨੂੰ, ਤਾਂ ਉੱਥੇ ਇਹਨਾਂ ਦੇ ਆਪਸ 'ਚ ਜੋ ਝਗੜਾ ਹੋ ਗਿਆ, ਔਰ ਝਗੜਾ ਇੰਨਾ ਵੱਧ ਗਿਆ ਕਿ ਇਹਨਾਂ ਇਹ ਸਤਪਾਲ ਨੇ ਉਹਦੇ 'ਤੇ ਗੋਲੀ ਚਲਾਤੀ। ਇੱਕ ਗੋਲੀ ਜੋ ਹੈਗਾ ਲੱਗੀ ਹੈਗੀ ਆ ਉਹ ਉਹਨਾਂ ਦੇ ਸੱਜੇ ਬਾਹ 'ਤੇ ਲੱਗੀ ਹੈ, ਔਰ ਬਾਅਦ ਤੋਂ ਫਿਰ ਪਾਸ ਥਰੂ ਹੋ ਕੇ ਉਹਦੇ ਚੈਸਟ ਦੇ ਵਿੱਚ ਲੌਂਚ ਹੋਇਆ, ਉਹਦੇ ਕਾਰਨ ਉਹਨਾਂ ਦੀ ਡੈਥ ਹੋਈ ਹੈ ਜੀ। ਮੈਮ, ਜਿਹੜੀ ਜਿਸ ਵਿੱਚ ਤਾਂ ਕੋਈ ਪ੍ਰਾਪਰਟੀ ਦੀ ਹੈ, ਜੋ ਪੈਸੇ ਦੀ ਹੈ, ਕੋਈ ਲੇਡੀਜ਼ ਨਾਲ ਫਰੈਂਡਸ਼ਿਪ ਜਾਂ ਕਿਸ ਤਰ੍ਹਾਂ ਦੀ ਰੰਜਿਸ਼ ਹੈ? ਇਹ ਪ੍ਰਾਪਰਟੀ ਦਾ ਨਹੀਂ ਹੈਗੀ, ਲੇਕਿਨ ਇਹਨਾਂ ਦੀ ਆਪਸ 'ਚ ਹਲੇ ਤੱਕ ਮੈਂ ਤੁਹਾਨੂੰ ਜਿਵੇਂ ਕਹਿ ਰਹੀ ਹਾਂ ਜੀ ਐਗਜੈਕਟ ਕਲੀਅਰ ਹੋਣੀ ਬਾਕੀ ਹੈਗੀ, ਲੇਕਿਨ ਜਹਾਂ ਤੱਕ ਹਮੇ ਜੋ ਪਤਾ ਚੱਲੀ ਹੈਗੀ ਹੈ ਉਹ ਲੇਡੀਜ਼ ਨੂੰ ਲੈ ਕੇ ਹੈਗਾ। ਬਟ ਇਹਦੇ ਵਿੱਚ ਜੋ ਰਵੀ ਕੁਮਾਰ ਦੀ ਵਾਈਫ ਸੀਗੀ ਉਹਨਾਂ ਦੀ ਕੋਈ ਰੋਲ ਨਹੀਂ ਆਈ ਹੈ ਸਾਹਮਣੇ, ਜੋ ਸਤਪਾਲ ਔਰ ਉਹਨਾਂ ਦੀ ਫੈਮਿਲੀ ਨੂੰ ਲੈ ਕੇ ਆਪਸ 'ਚ ਜੋ ਦਿੱਕਤ ਸੀਗਾ। ਇਹਨਾਂ ਦੀ ਪੁਰਾਣੀ ਕ੍ਰਿਮੀਨਲ ਬੈਕਗਰਾਉਂਡ ਹੈਗੀ ਜੀ, ਆਲਰੇਡੀ ਇਹਦੇ ਉੱਤੇ ਇੱਕ ਮਰਡਰ ਦਾ ਕੇਸ ਦਰਜ ਹੈਗਾ, ਨਾਲੇ ਇਹਨਾਂ ਦੇ ਇੱਕ ਮਹੀਨਾ ਪਹਿਲਾਂ ਹੀ ਇਹਨਾਂ ਨੇ ਇੱਕ ਆਲਟੋ ਗੱਡੀ ਉੱਥੇ ਚੋਰੀ ਕੀਤਾ ਸੀਗਾ, ਔਰ ਇੱਕ ਬਾਈਕ ਚੋਰੀ ਦਾ ਵੀ ਇਹਦੇ ਉੱਤੇ ਪਰਚਾ ਹੈਗਾ ਜੀ। ਗੱਡੀ ਕਿੱਥੋਂ ਬਰਾਮਦ ਕੀਤੀ? ਗੱਡੀ ਜੋ ਹੈਗਾ ਜੀ ਡੇਰਾਬੱਸੀ ਤੋਂ ਬਰਾਮਦ ਹੋਈ ਹੈ, ਡੇਰਾਬੱਸੀ ਮੋਹਾਲੀ ਜ਼ਿਲ੍ਹੇ ਤੋਂ। ਇਹਨੇ ਇੱਥੋਂ ਦੀ ਲੈ ਕੇ ਗਿਆ ਗੱਡੀ, ਅੱਗੇ ਵੱਖ ਵੱਖ ਜਿਵੇਂ ਮੋਹਾਲੀ ਜ਼ਿਲ੍ਹੇ ਤੋਂ ਅੱਗੇ ਜਾ ਕੇ ਪਿੰਜੌਰ ਵੀ ਸਪੋਟ ਹੋਇਆ, ਪਿੰਜੌਰ ਤੋਂ ਬਾਅਦ ਫਾਈਨਲੀ ਇਹਨੇ ਫਿਰ ਵਾਪਸ ਲੈ ਕੇ ਆਇਆ ਡੇਰਾਬੱਸੀ ਰੱਖਤਾ, ਡੇਰਾਬੱਸੀ ਪਾਰਕ ਕਰਕੇ ਫਿਰ ਅੱਗੇ ਇਹ ਆਪਣੇ ਅੱਗੇ ਚਲ ਗਿਆ ਜੀ ਮੁਜ਼ੱਫਰਨਗਰ। ਨਹੀਂ ਜੀ, ਇਟ ਇਜ਼ ਜਸਟ ਵਨ ਸ਼ੋਟ, ਇੱਕ ਗੋਲੀ ਲੱਗੀ ਹੈਗੀ ਆ, ਤੋ ਇਹਨਾਂ ਕੋਲ ਇਹ ਨਜਾਇਜ਼ ਅਸਲਾ ਸੀਗਾ ਕਿਉਂਕਿ ਇਹਦਾ ਆਲਰੇਡੀ ਕ੍ਰਿਮੀਨਲ ਬੈਕਗਰਾਉਂਡ ਸੀਗਾ,
ਤਾਂ ਉਹਦੇ ਕਰਕੇ ਆਪਾਂ ਇਹਦੇ ਵਿੱਚ ਕਿਸੇ ਦਾ ਇਨਵੋਲਵਮੈਂਟ ਨਹੀਂ ਹੈਗੀ ਆ, ਕਿਉਂਕਿ ਟਰੈਵਲ ਕਰ ਰਹੇ ਸੀਗੇ ਉਹ ਲੁਧਿਆਣੇ, ਚੰਡੀਗੜ੍ਹ ਤੋਂ ਲੁਧਿਆਣੇ, ਲੁਧਿਆਣੇ ਤੋਂ ਫਿਰ ਵਾਪਸ, ਪੂਰੇ ਇੰਟਾਇਰ ਜਰਨੀ ਦੇ ਵਿੱਚ ਬਸ ਇਹੀ ਸੀਗੇ ਨਾ ਜੋ ਕਾਰ ਦੇ ਵਿੱਚ ਕੋਈ ਕਿਸੇ ਦਾ ਇਨਵੋਲਵਮੈਂਟ ਨਹੀਂ ਸੀ ਜੀ। ਇਹਦੇ ਵਿੱਚ ਜੇ ਕੋਈ ਮਰਡਰ ਕੇਸ ਤਾਂ ਹੈਗਾ, ਬਟ ਐਗਜੈਕਟਲੀ ਉਹ ਕਿੱਥੇ ਦਰਜ ਨੇ ਇਹ ਸਾਨੂੰ ਪਤਾ ਚੱਲਿਆ ਕਿ ਇਸੀ ਸਾਲ ਫਰਵਰੀ ਦੇ ਵਿੱਚ ਜੋ ਹੈਗਾ ਉਹ ਮੇਰਠ ਜੇਲ੍ਹ ਤੋਂ ਬਾਹਰ ਆਇਆ ਸੀਗਾ। ਇਹ ਪਿੱਛੋਂ ਜੋ ਹੈਗੇ ਆ ਇਹ ਮੁਜ਼ੱਫਰਨਗਰ ਦੇ ਉਹਨਾਂ ਦੇ ਆਪਸ 'ਚ ਉਹ ਰਿਲੇਸ਼ਨ ਹੈਗੀ ਹੈ, ਵਿੱਚ ਉਹ ਮਾਈਗ੍ਰੇਟਿਡ ਸੀਗੇ, ਇਹਨਾਂ ਨੇ ਇੱਥੇ ਚੰਡੀਗੜ੍ਹ ਮਾਈਗ੍ਰੇਟ ਕੀਤਾ ਸੀਗਾ। ਇਹਨਾਂ ਦੀ ਮੇਰਠ ਦੇ ਵਿੱਚ ਵੀ ਹੈਗੀ ਹੈ ਰਿਸ਼ਤੇਦਾਰੀ ਆ ਔਰ ਮੁਜ਼ੱਫਰਨਗਰ ਦੇ ਵਿੱਚ ਵੀ ਰਿਸ਼ਤੇਦਾਰੀ ਹੈ ਜੀ। ਹਾਂਜੀ ਜੀ, ਐਕਚੁਅਲੀ ਅੱਜ ਦੇ ਕਿਉਂਕਿ ਵੈਪਨ ਜੋ ਰਿਕਵਰੀ ਸੀਗਾ ਅਰੈਸਟ ਤੋਂ ਮੁਜ਼ੱਫਰਨਗਰ ਦੇ ਵਿੱਚ ਹੋਇਆ ਸੀਗਾ, ਇਹਨੇ ਜੋ ਗੱਡੀ ਸੀ ਉਹ ਡੇਰਾਬੱਸੀ ਲਾਇਆ ਸੀ ਇਹਨੇ, ਉਹਦੇ ਮੋਸਟ ਇੰਪੋਰਟੈਂਟ ਸੀਗਾ ਆਪਾਂ ਨੂੰ ਜੋ ਵੈਪਨ ਹੈਗੇ ਆ ਜੋ ਕ੍ਰਾਈਮ ਦੇ ਵਿੱਚ ਯੂਜ਼ ਹੋਇਆ ਸੀ ਉਹਨੂੰ ਰਿਕਵਰ ਕਰਨਾ ਸੀਗਾ, ਜੋ ਆਪਣੀ ਐਵੀਡੈਂਸ ਐਕਟ ਦੇ ਤਹਿਤ ਜੋ ਆਪਣੀ ਜਦੋਂ ਰਿਕਵਰ ਕਰ ਰਹੇ ਸੀਗੇ ਉੱਥੇ ਵੀ ਇਹਨਾਂ ਨੇ ਦੁਬਾਰਾ ਕੋਸ਼ਿਸ਼ ਕੀਤਾ ਕਿ ਪੁਲਿਸ ਦੇ ਕਸਟਡੀ ਤੋਂ ਕੈਸੇ ਵੀ ਕਰਕੇ ਆਪਣਾ ਨਿਕਲ ਜਾਏ। ਤੋ ਫਿਰ ਇਹ ਵੈਪਨ ਖੰਨੇ ਤੋਂ ਹੀ ਬਰਾਮਦ ਹੋਈ ਹੈ, ਸਮਰਾਲੀ ਏਰੀਆ ਤੋਂ ਬਰਾਮਦ ਹੋਈ ਹੈ। ਜਦੋਂ ਇਹ ਭੱਜ ਰਿਹਾ ਸੀਗਾ ਪਾਰਟੀ ਆਪਣੇ ਨਾਲ ਹੀ ਸੀ, ਤੋ ਫਿਰ ਉਹਦਾ ਉੱਥੇ ਡਿੱਗ ਪਿਆ ਜੀ ਰੋਡ ਸਾਈਡ 'ਤੇ, ਫਿਰ ਉਹਦੇ ਵਿੱਚ ਇਹਨਾਂ ਦੀ ਹੱਥ ਵੀ ਜੋ ਹੈਗਾ ਉਹ ਫ੍ਰੈਕਚਰ ਹੋਈ ਹੋਈ ਹੈ ਇਹਦੇ ਵਿੱਚ। ਤੋ ਜਿਹੜੇ ਆਈ ਥਿੰਕ ਇਲਾਜ ਹੋ ਗਿਆ ਜੀ, ਉਹਨੇ ਮੈਡੀਕਲ ਵੀ ਹੋ ਗਿਆ ਹੈਗਾ, ਅੱਜ ਅਸੀਂ ਮਾਨਯੋਗ ਅਦਾਲਤ ਦੇ ਵਿੱਚ ਉਹਨਾਂ ਨੂੰ ਪੇਸ਼ ਕਰਾ ਕੇ ਅੱਗੇ ਦੀ ਰਿਮਾਂਡ ਲੈ ਲਵਾਂਗੇ ਜੀ। ਥੈਂਕ ਯੂ। ਥੈਂਕ ਯੂ।